ਹਾਂਜੀ ਕਿੱਦਾਂ ਸਾਰੇ ਤੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਹੋਰ ਕਰ ਲਓ ਸਰਕਾਰਾਂ ਵਿਰੁੱਧ ਗੱਲਾਂ ਤੇ ਆਪਣੀ ਸਾਈਡ ਕਹਿੰਦੇ ਇੰਡੀਆ 'ਚ ਬਲੌਕ ਹੋ ਗਈਆਂ ਸਾਰੇ ਤੁਸੀਂ ਵੀ ਦੱਸਿਓ ਹੋਰ ਕਰਤੂਤਾਂ ਦਿਖਾਉਣਾ ਅਡਾਨੀ ਨੂੰ ਜੈਡ ਸਕਿਉਰਟੀ ਦੇ ਦਿੱਤੀ ਇਹਨਾਂ ਦੀਆਂ ਕਰਤੂਤਾਂ ਦੇਖ ਲਓ 33 34 33 34 ਜਣੇ ਹੋਇਆ ਕਰਨੇ ਆ ਅਡਾਨੀ ਦੀ ਸਕਿਉਰਟੀ ਵਾਲੇ ਤੇ ਬਾਕੀ ਬਾਈ ਜੀ ਸਰਕਾਰਾਂ ਵਿਰੁੱਧ ਬੋਲਣ ਦੇ ਨਤੀਜੇ ਦਾ ਭੁਗਤਾਨੇ ਪੈਣੇ ਆ ਦੇਖੋ ਪਾਸਟਰ ਜਿਹੜਾ ਲੋਕਾਂ ਨੂੰ ਮੂਰਖ ਬਣਾਉਂਦਾ ਬਾਈ ਜੀ ਉਹਦੀਆਂ ਵੀ ਕਰਤੂਤਾਂ ਦਿਖਾਉਣੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਵੀ ਰੇਪ ਕੀਤਾ ਉਹਨੇ ਉਹ ਦਿਖਾਉਣੇ ਆ ਜੀ ਕਦੋਂ ਦੀ ਨਿਊਜ਼ ਆ ਤੇ ਸਾਰੇ ਸ਼ੇਅਰ ਕਰਿਓ ਜੀ ਸਾਥ ਦਿਆ ਕਰੋ ਹੁਣ ਤੁਹਾਨੂੰ ਦੱਸਦੇ ਆ ਜੀ ਤੇ ਇੰਡੀਆ ਵਾਲੇ ਸਕਰੀਨਸ਼ਾਟ ਭੇਜਿਓ ਬਾਈ ਜੀ ਕਮੈਂਟਾਂ ਚ ਆਪਣੀ ਸਾਈਟ ਇੰਡੀਆ 'ਚ ਬਲੌਕ ਹੋ ਗਈ ਸਾਰਿਆਂ ਨੂੰ ਵਧਾਈਆਂ ਹੋਣ ਬਾਈ ਜੀ ਸਰਕਾਰਾਂ ਵਿਰੋਧ ਬੋਲਣ ਦਾ ਇਹ ਮੁੱਲ ਮਿਲਦਾ ਆ ਤੇ ਸਾਥ ਹੁਣ ਤੁਸੀਂ ਦੇਣਾ ਇਹ ਨਹੀਂ ਵੀ ਮੈਂ ਚੁੱਪ ਕਰਕੇ ਬਹਿ ਜੂ ਆਪਾਂ ਨਹੀਂ ਚੁੱਪ ਕਰਦੇ ਬਾਈ ਜੀ ਜੋ ਮਰਦੀ ਹੁੰਦਾ ਹੋਈ ਜਾਵੇ ਇਦਾਂ ਹੀ ਉਹਨਾਂ ਦੀ ਐ ਐ ਕਰਾ ਕੇ ਰੱਖਣੀ ਆ ਤੇ ਆਜੋ ਗਾਂ ਸ਼ੁਰੂ ਕਰਦੇ ਆ ਬਾਈ ਜੀ ਕੀ ਚੱਲ ਰਿਹਾ ਦੀਨ ਦੁਨੀਆਦਾਰੀ ਚ ਤੇ ਆ ਦਿਖਾਉਨੇ ਆ ਤੁਹਾਨੂੰ ਆ ਇੱਕ ਨਿਊਜ਼ ਇੱਕ ਆ ਮੈਨੂੰ ਬਹੁਤ ਵੀਰਾਂ ਭਰਾਵਾਂ ਨੇ ਫੋਟੋਆਂ ਵੀਡੀਓ ਭੇਜੀਆਂ ਆਏ ਬਾਈ ਜੀ ਇਹ ਵੀਡੀਓ ਮੈਂ ਇਸਤੇ ਕਰਤੀ ਸੀ ਇਹ ਪਾਸਟਰ ਜਿਹੜਾ ਬਜਿੰਦਰ ਸਿੰਘ ਕਿਹੜਾ ਜਿਹਦਾ ਆਸ਼ਰਮ ਚ ਕਰਦਾ ਹੁੰਦਾ ਬੋਬੀ ਦਿਓਲ ਰੇਪ ਕੁੜੀਆਂ ਨਾਲ ਇਦਾਂ ਹੀ ਇਹ ਕਰਦਾ ਸੀਗਾ 2018 ਚ ਇਸ ਨੂੰ ਪੁਲਿਸ ਨੇ ਚੱਕਿਆ ਸੀ ਹੁਣ ਇੰਸਟਾਗ੍ਰam ਤੇ ਕਈ ਜਗ੍ਹਾ ਵੀਡੀਓ ਬਹੁਤ ਵਾਇਰਲ ਹੋ ਲਈ ਆ ਮੈਨੂੰ ਵੀ ਕਈਆਂ ਵੀਰਾਂ ਭਰਾਵਾਂ ਨੇ ਭੇਜੀ ਵੀ ਭਾਜੀ ਉਹਨੂੰ ਚੱਕ ਲਿਆ ਬਾਈ ਜੀ ਉਹ 2018 ਦੀ ਨਿਊਜ਼ ਆ ਤੇ ਦੇਖ ਸਕਦੇ ਆ ਤੇ ਇਹ ਇਦਾਂ ਇਹ ਵਿਵਾਜਤਾ ਪਾਦਰੀ ਪਈ ਇਹਦੇ ਦੋ ਤਿੰਨ ਨਿਆਣੇ ਵੀ ਆ ਜੋ ਵੀ ਆ ਤੇ ਇਦਾਂ ਇਹ ਕਰਦਾ ਹੁੰਦਾ ਸੀਗਾ ਤੇ ਬਾਈ ਜੀ ਇਹ ਤਾਂ ਮਰਿਆਂ ਨੂੰ ਜਿਉਂਦਾ ਕਰ ਦਿੰਦਾ ਭਰਾਵੋ ਦੇਖੀ ਹੋਣੀ ਤੁਸੀਂ ਵੀਡੀਓ ਇੱਕ ਜਨਾਨੀ ਦਾ ਕਹਿੰਦੇ ਨਿਆਣਾ ਮਰ ਜਾਂਦਾ ਇਹ ਹੱਥ ਲਾਉਂਦਾ ਜੀਂਦਾ ਕਰ ਜਾਂਦਾ ਉਹ ਕਾ ਨੂੰ ਬਹਿਮ ਭਰਮ ਫਲਾਉਨੇ ਆ ਭਰਾਵੋ ਜੇ ਤੁਹਾਡੇ ਬਾਰੇ ਇੱਥੇ ਵਾਲੇ ਉਹਨਾਂ ਨੂੰ ਪਤਾ ਲੱਗ ਗਿਆ ਪਾਦਰੀਆਂ ਨੂੰ ਜਾਂ ਜੋ ਵੀ ਆ 크ਰਿਸਚੀਅਨ ਧਰਮ ਵਾਲਿਆਂ ਨੂੰ ਵੀ ਤੁਸੀਂ ਇੰਨਾ ਪਖੰਡ ਫਲਾਇਆ ਇੰਡੀਆ 'ਚ ਉੱਥੇ ਬੁੜੀਆਂ ਬੇਲੀਆਂ ਆ ਜੰਨੀਆਂ ਤੁਹਾਡੇ ਮੱਥੇ ਰਗੜਨ ਉਹ ਨਹੀਂ ਤੁਹਾਡੇ ਛੱਤਰ ਮਾਰਨੇ ਭੇ ਭੇ ਕੇ ਮਰਿਆ ਬੰਦਾ ਕਿੱਥੋਂ ਜਿੰਦਾ ਕਰ ਦੂਗੇ ਫੇਰ ਤਾਂ ਤੁਸੀਂ ਆਪਣੇ ਗੁਰੂਆਂ ਪੀਰਾਂ ਦੇ ਸਿਧਾਂਤਾਂ ਦੇ ਵਿਰੁੱਧ ਹੋ ਗਏ ਹੈਂ ਆ ਦੇਖ ਲਓ ਬਾਈ ਜੀ ਇਹ ਨਿਊਜ਼ 2018 ਦੀ ਆ ਤੇ ਉਹ ਕੁੜੀ ਦੀ ਵੀ ਇੰਟਰਵਿਊ ਤੁਸੀਂ ਸੁਣ ਸਕਦੇ ਆ ਪੀੜਤ ਕੁੜੀ ਜਿਸ ਨਾਲ ਇਸਨੇ ਰੇਪ ਕੀਤਾ ਸੀ ਬਜਿੰਦਰ ਸਿੰਘ ਪਾਸਟਰ ਨੇ ਤੇ ਪੀੜਤ ਲੜਕੀ ਨੇ ਜੋ ਵੀ ਆ ਜੁਲਾਈ 24 2018 ਉਦੋਂ ਇਸ ਨੂੰ ਪੁਲਿਸ ਨੇ ਚੱਕਿਆ ਸੀਗਾ ਤੇ ਹੁਣ ਉਹ ਵੀਡੀਓ ਇੰਸਟਾਗ੍ਰam ਤੇ ਬਹੁਤ ਵਾਇਰਲ ਹੋਣ ਟਿਓ ਲੇਟੈਸਟ ਨਗੀ ਤੇ ਹੋਰ ਵੀ ਦਿਖਾਉਣੇ ਤੁਹਾਨੂੰ ਦੇਸ਼ 'ਚ ਕੀ ਹੋ ਰਿਹਾ ਬਾਈ ਭਾਂਡੇ ਬੁਕਾਤੇ ਮੋਦੀ ਨੇ ਦੇਸ਼ ਦੇ ਹਾਂਜੀ ਜਿੱਦਾਂ ਮਰਜੀ ਆ ਬਾਈ ਜੀ ਤੁਹਾਡਾ ਸਾਹ ਚਾਹੀਦਾ ਵੈਬਸਾਈਟ ਬਲੌਕ ਹੋ ਗਈ ਪੇਜ ਡਿਲੀਟ ਹੋ ਗਿਆ ਜੋ ਮਰਜੀ ਹੋ ਜਵੇ ਪਰ ਸੱਚ ਤਾਂ ਬਾਈ ਜੀ ਇਦਾਂ ਹੀ ਬੋਲਾਂਗੇ ਗੋਤਮ ਅਡਾਨੀ ਨੂੰ ਜੈਡ ਸਕਿਉਰਟੀ ਮਿਲ ਗਈ ਜੈਡ ਸਕਿਉਰਟੀ ਜਿਹੜੀਆਂ ਭੇਡਾਂ ਮੇਰੇ ਮੂੰਹੋਂ ਸੁਣਦੀਆਂ ਕਹਿੰਦੀਆਂ ਸੀ ਆ ਵੀ ਆਮਰ ਖਾਨ ਦੀ ਫਿਲਮ ਦੇਖਣ ਦੀ ਜਗ੍ਹਾ ਨਿਆਣਿਆਂ ਨੂੰ ਰੋਟੀ ਖਿਲਾ ਦਾਂਗੇ ਇਦਾਂ ਕਰਦਾਂਗੇ ਪਈ ਆ ਜਿਹੜੀ ਕੰਗਣਾ ਰਾਣਾ ਵੱਲ ਤੁਹਾਡੀ ਪੁੱਚੋ ਮੰਡੀ ਵਾਲੀ ਭੂਆ ਉਹਨੂੰ 22 ਸਕਿਉਰਟੀ ਦਿੱਤੀ ਗੋਤਮ ਅਡਾਨੀ ਨੂੰ ਜੈਡ ਸਕਿਉਰਟੀ ਕਾਹਦੀ ਦਿੱਤੀ ਬਾਈ ਜੀ ਦੱਸੋ ਇਹਨੇ ਕੀ ਕੀਤਾ ਦੇਸ਼ ਲਈ 33 ਜਣੇ ਹੁੰਦੇ ਜੈਡ ਸਕਿਉਰਟੀ ਚ 33 34 ਜਣੇ ਸੋ ਦੱਸੋ ਖਰਚਾ ਕਿਹਦੇ ਤੇ ਆ ਉਹ ਦੇਸ਼ ਤੇ ਹੀ ਖਰਚ ਆਇਆ ਦੇਸ਼ ਦੇ ਟੈਕਸ ਪੇਰਾਂ ਤੇ ਖਰਚ ਆ ਤੇ ਦੇਸ਼ ਦੇ ਲੋਕਾਂ ਨੂੰ ਮਿਲ ਕੀ ਰਿਹਾ ਹੈ ਦੇਸ਼ ਦੇ ਲੋਕਾਂ ਨੂੰ ਮਿਲ ਰਿਹਾ ਬਾਈ ਜੀ ਧੱਕੇਸ਼ਾਹੀ ਲਓ ਜੀ ਵੀਡੀਓ ਵਾਇਰਲ ਹੋ ਗਈ ਤੁਸੀਂ ਵੀ ਸੁਣੀ ਹੋਣੀ ਵੀ ਤੁਹਾਨੂੰ ਕਰਿਆਨਾ ਨਹੀਂ ਮਿਲਣਾ ਜਦ ਤੱਕ ਤੁਸੀਂ 20 ਰੁਪਏ ਦਾ ਝੰਡਾ ਨਹੀਂ ਖਰੀਦਦੇ ਯਾਰ ਫਿਰ ਲੋਕਾਂ ਦੇ ਦਿਲਾਂ 'ਚ ਝੰਡੇ ਲਈ ਪਿਆਰ ਧੱਕੇ ਨਾਲ ਥੋੜੋ ਆ ਜਾਊਗਾ ਤੁਸੀਂ ਧੱਕੇ ਨਾਲ ਝੰਡਾ ਵੇਚਣ ਡਏ ਆ ਜਿਹਦੇ ਦਿਲ 'ਚ ਪਿਆਰ ਆ ਪੀ ਲੈ ਲੂ ਇਹ ਤਾਂ ਧੱਕੇਸ਼ਾਹੀ ਵੀ ਮੋਦੀ ਨੇ ਕਿਹਾ ਆ ਤੁਸੀਂ ਵੀਡੀਓ ਨਹੀਂ ਦੇਖੀ ਦੱਸ ਦੂੰ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਸਾਰੀਆਂ ਮਤਲਬ ਸਟੇਟਾਂ ਚ ਇਹ ਮੋਦੀ ਵੱਲੋਂ ਧੱਕੇਸ਼ਾਹੀ ਤਾਨਾਸ਼ਾਹੀ ਆਈ ਵੀ ਦੁਕਾਨਾਂ ਚ ਝੰਡਾ ਵੀ ਵੇਚੋ ਜਿਹੜਾ ਵੀ ਕੋਈ ਕਰਿਆਨਾ ਦਾਲ ਪਾਣੀ ਲੈਣ ਆਉਂਦਾ ਖੰਡ ਪੱਤੀ ਲੈਣ ਆਉਂਦਾ ਤੁਹਾਡੀ ਦੁਕਾਨ ਤੇ ਉਹਨੂੰ ਝੰਡਾ ਧੱਕੇ ਨਾਲ 20 ਰੁਪਏ ਦਾ ਦੋ ਸੋ ਦੇਖ ਸਕਦੇ ਆ ਕਾਰਡੂਨ ਬਹੁਤ ਵਧੀਆ ਬਣਾਇਆ ਵੀ ਸੌਰੀ ਬੇਟਾ ਹਿਕ ਡੋਨਲੀ ਬਾਏ ਦਿਸ ਟੂਡੇ ਵੀ 20 ਰੁਪਏ ਏ ਸੀ ਮੇਕੋ 20 ਰੁਪਏ ਦਾ ਝੰਡਾ ਹੀ ਖਰੀਦ ਸਕਿਆ ਹੁਣ ਪੁੱਤੀ ਨੂੰ ਖਾ ਲਾ ਹਾਂਜੀ ਭੁੱਖ ਨਾਲ ਲੋਕ ਮਰਦੇ ਪਏ ਆ ਤੇ ਤੁਸੀਂ ਕਹੀ ਜਾਂਦੇ ਝੰਡੇ ਕਿਹੜੇ ਮੂੰਹ ਨਾਲ ਝੰਡੇ ਚੜਾਉਣਗੇ ਲੋਕ ਯਾਰ ਜੋ ਸੱਚ ਆ ਉਹ ਸੱਚ ਆ ਸੱਚ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ ਆ ਪੁਲਿਸ ਵਾਲਾ ਵਿਚਾਰਾ ਇਹਦੀ ਵੀ ਵੀਡੀਓ ਦੇਖੀ ਹੁੰਦੀ ਨਹੀਂ ਦੇਖੀ ਕਹਿੰਦਾ 12-12 ਘੰਟੇ ਡਿਊਟੀ ਕਰਦੇ ਆ ਤੇ ਰੋਟੀ ਕਹਿੰਦਾ ਰੋਟੀ ਕਹਿੰਦਾ ਇਹ ਕੁੱਤਿਆਂ ਨੇ ਨਹੀਂ ਖਾਣੀ ਜੇ ਕੁੱਤੇ ਮੋਰੇ ਪਾਈ ਹੋਵੇ ਯੂਪੀ ਪੁਲਿਸ ਵਾਲਾ ਰੋ ਰੋ ਕੇ ਵਿਚਾਰਾ ਦੇਖ ਨਹੀਂ ਹੁੰਦਾ ਪਾ ਤੂੰ 12 ਘੰਟੇ ਕੰਮ ਕਰਦਾ ਮੋਦੀ ਜੀ ਤਾਂ 18 ਘੰਟੇ ਕੰਮ ਕਰਦੇ ਤੂੰ 12 ਘੰਟੇ ਕਰਕੇ ਰੋਈ ਜੰਨਾ ਬਹੁਤ ਮਾੜਾ ਹਾਲ ਆ ਪ੍ਰਭੂ ਉੱਥੇ ਜੋ ਸੱਚ ਆ ਉਹ ਸੱਚ ਆ ਸਹੀ ਆ ਨਾ ਤੇ ਭੇਡਾਂ ਦੀ ਦਮ ਇਹ ਕਰਾ ਕੇ ਰੱਖਣੀ ਆ ਜੋ ਮਰਜ਼ੀ ਹੁੰਦਾ ਹੋਈ ਜਾਵੇ ਹਾਂਜੀ ਜੋ ਮਰਜ਼ੀ ਹੋ ਜਵੇ ਆਪਾਂ ਤਾਂ ਐਦਾਂ ਹੀ ਕੰਮ ਖਿੱਚ ਕੇ ਰੱਖਣਾ ਆਹੋ ਗੱਲ ਇੱਥੇ ਮੁੱਕਦੀ ਆ ਤੇ ਹੋਰ ਵੀ ਦਿਖਾਉਣੇ ਆ ਤੇ ਹੁਣ ਮੈਂ ਲਾਈਵ ਕੀਤਾ ਸੀ ਜਿੱਦਾਂ ਮੈਂ 에ਰਪੋਰਟ ਤੋਂ ਆਉਂਦਾ ਪਿਆ ਸੀ ਰਾਹ ਚ ਇੱਕ ਮੈਕਡੀ ਆਇਆ ਮੈਕਡੋਨਲਡ ਤੇ ਇਦੀ ਮੈਂ ਤੁਹਾਨੂੰ ਦੱਸਿਆ ਸੀ ਦੁਨੀਆ 'ਚ ਇੱਕੋ ਹੀ ਸ਼ਹਿਰ ਆ ਇੱਕੋ ਹੀ ਲੋਕੇਸ਼ਨ ਆ ਜਿੱਥੇ ਇਸੇ ਕਲਰ ਦਾ ਆ ਨਹੀਂ ਸਾਰੀ ਦੁਨੀਆ 'ਚ ਸੇਮ ਕਲਰ ਦੇ ਆ ਇਹ ਅਮਰੀਕਾ 'ਚ ਆ ਇਹ ਕਿਉਂ ਆ ਤੁਹਾਨੂੰ ਦਿਖਾਉਣਾ ਮੈਂ ਗੱਲ ਸੁਣਾ ਨਾ ਜੀ ਨਹੀਂ ਮੇਰੀ ਲਾਈਵ ਦੇਖੀ ਕਿ ਘੰਟਾ ਪਹਿਲਾਂ ਸਾਰਿਆਂ ਨੇ ਸੁਣੀ ਹੋਣੀ ਆ ਮੈਂ ਫਿਰ ਗਿਆ ਸੀ ਘਰ ਜਾ ਕੇ ਤਸਵੀਰਾਂ ਦਿਖਾਉਂਗਾ ਇਹ ਜੀ ਸੈਡੋਨਾ ਸ਼ਹਿਰ ਆ ਐਰੀਜ਼ੋਨਾ ਅਮਰੀਕਾ 'ਚ ਉੱਥੇ ਦਾ ਜਿਹੜਾ ਸ਼ਹਿਰ ਦਾ ਕਲਰ ਆ ਜੋ ਵੀ ਆ ਇੱਕੋ ਕਿਸਮ ਦਾ ਆ ਆਲਮੋਸਟ ਤਾਂ ਉੱਥੇ ਦੇ ਸਿਟੀ ਕਾਉਂਸਲ ਵਾਲਿਆਂ ਨੇ ਕਿਹਾ ਸੀ ਮੈਕਡੀ ਵਾਲਿਆਂ ਨੂੰ ਜਿਹੜਾ ਇਹਨਾਂ ਦਾ ਮੇਨ ਸਾਈਨ ਆ ਮ ਜਿਹੜਾ ਹਨਾ ਸਭ ਨੂੰ ਪਤਾ ਹੀ ਹੈ ਕਿਹੜੇ ਕਲਰ ਦਾ ਹੁੰਦਾ ਦੁਨੀਆ ਚ ਪੂਰੀ ਦੁਨੀਆ ਚ ਇੱਕੋ ਹੀ ਲੋਕੇਸ਼ਨ ਤੇ ਇਹ ਵਾਲਾ ਸਾਈਨ ਹੈ ਇਸੇ ਰੰਗ ਦਾ ਸੋ ਨਹੀਂ ਸਾਰੀ ਦੁਨੀਆ ਚ ਮੈਕਡੀ ਦੇ ਸਾਈਨ ਸੇਮ ਹੀ ਆ ਇਹ ਹੈਗਾ ਜੀ ਸਡੋਨਾ ਅਰੀਜ਼ੋਨਾ ਚ ਸੋ ਤੁਸੀਂ ਭਰ ਸਕਦੇ ਮੈਕਡੀ ਐਸ ਈ ਡੀ ਓ ਐਨ ਸਡੋਨਾ ਅਰੀਜ਼ੋਨਾ ਤੇ ਇਹਦੇ ਬਾਰੇ ਤੁਸੀਂ ਇਸ ਦੀਆਂ ਹੋਰ ਤਸਵੀਰਾਂ ਦੇਖ ਸਕਦੇ ਆ ਸੋ ਇਦਾਂ ਦੇ ਦੀਨ ਦੁਨੀਆਦਾਰੀ ਦੇ ਤੱਥ ਤਾਂ ਬਥੇਰੇ ਪਏ ਆ ਬਾਈ ਤੇ ਹੋਰ ਫੇਰ ਉਹੀ ਗੱਲ ਆ ਭਰਾਵੋ ਸਾਰੇ ਕਮੈਂਟਾਂ ਚ ਦੱਸਿਓ ਇੰਡੀਆ ਚ ਵੈਬਸਾਈਟ ਮੈਨ ਲੱਗਦਾ ਸ਼ੋ ਹੋਣੋਂ ਹਟ ਗਈ ਆ ਤੇ ਬਾਕੀ ਕੈਨੇਡਾ ਦੀ ਬਹੁਤ ਡਿਮਾਂਡ ਆਉਂਦੀ ਆ ਬਾਈ ਜੀ ਸਾਰਿਆਂ ਨੂੰ ਕਿਹਾ ਆ ਟੈਲੀਗ੍ਰਾਮ ਤੇ ਆ ਜਾਓ ਤੇ ਅੱਜ ਫੇਰ ਇੱਕ ਲਿੰਕ ਪਾ ਗਏ ਹੁਣੇ ਹੀ ਲਿੰਕ ਪਾਇਆ 5 ਮਿੰਟ ਪਹਿਲਾਂ ਵੀ ਕੈਨੇਡੀਅਨ ਗਵਰਨਮੈਂਟ ਐਂਡ ਅਫੇਅਰਲੀ ਚੇਂਜਡ ਸਟੈਂਡਰਡ ਫਾਰ ਇਮੀਗ੍ਰੇਸ਼ਨ ਕੇਸ ਜੱਜ ਰੂਲਸ ਪਈ ਤੁਸੀਂ ਰਿਵਿਊ ਕਰਨ ਲਈ ਕਹਿ ਸਕਦੇ ਆ ਇਹ ਨਹੀਂ ਵੀ ਬਾਈ ਜੀ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ ਤੇ ਰਿਵਿਊ ਨਹੀਂ ਆਪਾਂ ਰਿਵਿਊ ਕਰਾਉਂਦੇ ਹੀ ਨਹੀਂਗੇ ਲੋਕਾਂ ਨੂੰ ਜਿਨ੍ਹਾਂ ਨੂੰ ਨੌਲੇਜ ਹੈ ਰਿਵਿਊ ਕਰਾ ਕੇ ਵੀਜ਼ਾ ਦੂਜੀ ਵਾਰੀ ਲੈ ਲੈਂਦੇ ਆ ਆ ਦੇਖ ਸਕਦੇ ਆ 108 ਐਪਲੀਕੇਸ਼ਨਾਂ ਹਨਾ ਵੀ 108 ਐਪਲੀਕੇਸ਼ਨਾਂ ਉਹ ਕਹਿੰਦੇ ਵੀ ਇਦਾਂ ਦੇ ਲੱਖਾਂ ਕੇਸ ਆ ਨਾ ਉਹ ਆਸਕ ਫੋਰ ਅ ਰਿਵਿਊ ਆਫ देयर ਰਿਜੈਕਸ਼ਨ ਅੱਜ ਹੀ ਆਇਆ ਜੀ ਆਰਟੀਕਲ ਅਗਸਤ 10 ਨੂੰ ਸੋ ਜਿਨ੍ਹਾਂ ਦਾ ਰਿਫਿਊਜ਼ ਹੋ ਗਿਆ ਆ ਜਾਂ ਜਿਨ੍ਹਾਂ ਨੇ ਕੈਨੇਡਾ ਦਾ ਲਾਉਣ ਆ ਜਿਨ੍ਹਾਂ ਨੂੰ ਡਾਊਟ ਹੈ ਰਿਫਿਊਜ਼ ਹੋ ਸਕਦਾ ਉਹਨਾਂ ਲਈ ਇਹ ਬਹੁਤ ਕੰਮ ਦਾ ਆਰਟੀਕਲ ਆ ਵੀ ਇੱਥੇ ਆਪਸ਼ਨ ਹੈਗਾ ਤੁਸੀਂ ਰਿਵਿਊ ਪਾ ਸਕਦੇ ਆ ਜੇ ਰਿਜੈਕਸ਼ਨ ਹੋਇਆ ਤਾਂ ਵੀ ਤੁਹਾਡਾ ਵੀਜ਼ਾ ਕੈਨੇਡਾ ਦਾ ਲੱਗ ਸਕਦਾ ਆ ਇਹ ਤੁਸੀਂ ਕਿੱਦਾਂ ਪੜ ਸਕਦੇ ਆ ਸੋ ਟੈਲੀਗ੍ਰਾਮ ਸਾਰੇ ਜਾਓ ਵਟਸਐਪ ਦੀ ਤਰ੍ਹਾਂ ਐਪਲੀਕੇਸ਼ਨ ਆ ਇੱਥੇ ਭਰੋ ਤੇ ਸਰਚ ਕਰੋ ਜੀ ਓਪਨ ਗਰੁੱਪ ਆ ਹਿੰਦੀ ਜਸਵਾਲ IINDIJAS ਆਪਣਾ ਨਾਂ ਹਿੰਦੀ ਜਸਵਾਲ ਸਰਚ ਕਰੋ 33000 ਮੈਂਬਰ ਆ ਸਾਰੇ ਪੜੋ ਜੀ ਕੈਨੇਡਾ ਆਉਣ ਦੇ ਚਾਹਵਨ ਹੋਰ ਦਿਖਾਉਣੇ ਆ ਬਾਈ ਜੀ ਤੇ ਬਾਕੀ ਸਭ ਨੂੰ ਰਿਕਵੈਸਟ ਆ ਜੀ ਲਿੰਕ ਮੈਂ ਅਸੀਂ ਵੀਡੀਓ ਤੇ ਦੋਏ ਪਾ ਦੇਣਾ ਇੱਕ ਟੈਲੀਗ੍ਰਾਮ ਦਾ ਤੇ ਆਪਣਾ ਇੰਸਟਾਗ੍ਰam ਵੀ ਸਾਰੇ ਜੁਆਇਨ ਕਰ ਲਓ 79000 ਫੋਲੋਅਰ ਹੋਏ ਆ ਸੋ ਜਿੱਦਾਂ ਭਾਈ ਹੁਣ ਆਪਾਂ ਨੂੰ ਡਾਊਟ ਆ ਸਾਡਾ ਫੇਸਬੁੱਕ ਉੱਡ ਜੂ ਜਾਂ ਉੱਡ ਜੂ ਸੋ ਆਪਾਂ ਇੱਕ ਜਗ੍ਹਾ ਤੇ ਇਕੱਠੇ ਰਹੀਏ ਤਾਂ ਜੋ ਸਾਰਾ ਹਨਾ ਫੀਜ਼ੀ ਹੋ ਜੂ ਦੁਆਰਾ ਪੇਜ ਤੇ ਇਕੱਠੇ ਕਰਨੇ ਸੋ ਇੰਦੀ ਜਿ ਸਵਾਲ ਅਫੀਸ਼ੀਅਲੀ ਇਹਦਾ ਵੀ ਲਿੰਕ ਪਾ ਦਿੰਨਾ ਸਾਰੇ ਇੰਸਟਾਗ੍ਰam ਵੀ ਫੋਲੋ ਕਰ ਲਓ ਤੇ ਫੇਰ ਇੱਕ ਜਾਂਦੇ ਜਾਂਦੇ ਰਿਕਵੈਸਟ ਹੈ ਰੇਡੀਓ ਤੇ ਆਉਣਾ 30 ਮਿੰਟ ਤਾਈਂ ਚਾਹ ਪੀ ਕੇ ਬਿਸ਼ਾ ਰੱਖਦੇ ਆ ਤੇ ਦੱਸਿਓ ਬਾਈ ਜੀ ਸਕਰੀਨਸ਼ਾਟ ਫੋਟੋ ਚ ਪਾਇਓ ਇੰਡੀਆ ਚ ਵੈਬਸਾਈਟ ਕੀ ਲਿਖਿਆ ਆਉਂਦਾ ਤੁਹਾਡੇ ਓਪਨ ਹੁੰਦੀ ਆ ਜਾਂ ਨਹੀਂ ਤੇ ਬਾਕੀ ਸਭ ਨੂੰ ਰਿਕਵੈਸਟ ਹੈ ਜੀ ਹੁਣ ਜਿੱਥੇ ਜਿੱਥੇ ਵੀ ਓਪਨ ਹੁੰਦੀ ਜੋ ਵੀ ਤੁਹਾਡੇ ਸਹਿਯੋਗ ਨਾਲ ਹੀ ਆ ਭਰਾਵੋ ਇੱਥੇ ਮੈਂ ਲਿੰਕ ਪਾ ਦੇਣੇ ਆ ਸੋ ਕਲਿੱਕ ਕਰਿਓ ਜੀ ਸਾਰੇ ਤੇ ਐਸੀ ਵੀਡੀਓ ਤੇ ਟੈਲੀਗ੍ਰਾਮ ਦਾ ਲਿੰਕ ਪਾ ਦੇਣਾ ਇੰਸਟਾਗ੍ਰam ਦਾ ਤੇ ਐਡ ਦਾ ਸਭ ਨੂੰ ਪਤਾ ਹੀ ਆ ਹਾਂਜੀ indi-radio.si ਓਪਨ ਕਰਕੇ ਦੋ ਐਡਾਂ ਆਉਣੀਆਂ ਇੱਕ ਆ ਸਿਰੇ ਤੇ ਤੇ ਇੱਕ ਆ ਮੇਰੇ ਸਿਰ ਦੇ ਉੱਤੇ ਸਭ ਨੂੰ ਪਤਾ ਹੀ ਆ ਹਾਂਜੀ ਤੋਂ ਇੱਥੇ ਕਲਿੱਕ ਕਰਕੇ ਬਾਸ ਇੰਨਾ ਕੰਮ ਆ ਜੀ ਓਕੇ ਜੀ ਸਾਰੇ ਕਲਿੱਕ ਕਰਿਓ ਤੇ ਦੱਸਿਓ ਬਾਈ ਜੀ ਇੰਡੀਆ ਚ ਵੈਬਸਾਈਟ ਬਲੌਕ ਹੋ ਗਈ ਆਈ ਥਿੰਕ ਤੇ ਲਿੰਕ ਪਾਉਣਾ ਜੀ ਵੈਬਸਾਈਟ ਤੇ ਕਲਿੱਕ ਕਰਿਓ ਜਿੱਥੇ-ਜਿੱਥੇ ਓਪਨ ਹੁੰਦੀ ਆ ਟੈਲੀਗ੍ਰਾਮ ਤੇ ਆ ਜਾਓ ਸਾਰੇ ਇੰਸਟਾਗ੍ਰਾਮ ਤੇ ਆ ਜਾਓ 30 ਮਿੰਟ ਤੱਕ ਹੀ ਰੇਡੀਓ ਤੇ ਕੋਲ ਨਾਲ ਲੈਣੇ ਆ ਓਕੇ ਜੀ ਕਰਿਓ ਕਲਿੱਕ ਸ਼ੁਕਰੀਆ